ਮੰਤਰੀ ਹਿਮਾਚਲ ਪ੍ਰਦੇਸ਼ ਤੋਂ। ਤਾਲੀਆਂ ਹੋਣੀ ਚਾਹੀਦੀ, ਜ਼ੋਰਦਾਰ ਤਾਲੀ। ਗੋਪੀ ਕੋਹਾਲੀ, ਗੋਬੀ ਗੋਬੀ ਬਾੜਵਾਲ, ਗੋਬੀ ਜਲਦੀ ਆ ਜਾ ਬਈ। ਤਲਵੀਰ ਆਦਿਸ਼, ਇਹਦੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ। ਨਾਲ ਕਹਿੰਦੇ ਦਿੱਲੀ ਵਾਲਾ ਮੱਲ ਹੈ, ਸਨੀ ਚੰਡੀਗੜ੍ਹ ਦੇ ਵਿਸ਼ਾਲ ਡਾਕਟਰ ਨਾਗਾਵੜੀ, ਨਾਲ ਜਿਪਟੂ ਡੀ ਜੇ ਬੋਲੀਵੈਲ ਸਾਥ ਦੇ, ਥੋੜ੍ਹਾ ਸਾ ਸਾਥ ਦੇ ਫੋਰ ਮਾਸਟਰ ਜੱਗਾ ਮੇਰੇ ਨਾਲ। ਇਹ ਕਮਾਲ ਕੁਸ਼ਤੀ ਹੈ, ਵੇਖਣ ਹੁੰਦਾ ਹੈ। ਐਦਾਂ ਨੌਜਵਾਨਾਂ ਦੇ ਦਰਮਿਆਨ ਉਧਰ ਟੈਂਡੋ ਜੋਰ ਜੀ ਵਾਲਾ ਉੱਪਰਲੇ ਪਾਸੇ ਹੈ, ਵੇਖਾਂਗੇ ਕੀ ਬਣਦਾ, ਉਹ ਵੇਖਾਂਗੇ ਕੀ ਬਣਦਾ ਹੈ। ਲਓ ਚੱਲਦੇ ਹੈ ਯੁੱਧ ਮੈਦਾਨ ਦੇ ਵਿੱਚ, ਕਿ ਐਸਾ ਕਰਨਾ ਚਲਵਾ ਛੇਤੀ ਮੂਰੇ ਛੱਕ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਜੱਗੇ ਦਾ ਜੀ। ਹੁਣ ਦੇ ਕਿਹੜੇ ਟੂਲ ਮਲਾਜਾ ਲੱਗ ਗਿਆ ਤਰਾਣਾ, ਉਹ ਤਾੜੀਆਂ ਲਾ ਦੇ ਫਿਰ ਕਹਿੰਦੇ ਧੌਣ ਦੇ ਗੋਡਾ ਰੱਖ ਕੇ ਹੋਸ਼ੋ ਬੇਹੋਸ਼ ਕਰਦੇ ਨੇ, ਉਹ ਸਵਾਰੀ ਪਾ ਕੇ ਡਾਂਗਰਾਂ ਨਚੋੜਦੇ ਨੇ। ਜਦੇ ਬੱਜੇ ਪਹਿਲਵਾਨ ਦੀ ਧੋਪੀ, ਫਿਰ ਭਾਜੀ ਕਿਸੇ ਦੀ ਉਹ ਮੋੜਦੇ ਨੇ। ਜਦੇ ਬੱਜੇ ਪਹਿਲਵਾਨ ਦੀ ਧੋਪੀ, ਫਿਰ ਭਾਜੀ ਕਿਸੇ ਦੀ ਉਹ ਮੋੜਦੇ ਨੇ। ਕਿਤਨਾ ਸਮੇਂ ਬਚਿਆ ਸ਼ਰਮਾ ਜੀ? ਰਾਣਾ ਜੀ ਹੈਲੋ ਹੈ ਨੀ ਜਹਾਂ ਪਰ ਦਿਖਾਈ ਦੇ ਰਹਾ ਜੀ, ਜਰਾ ਲੱਲੂ ਲੱਲੂ ਜੰਮੂ ਭਾਈ ਸ਼ੇਰਾ ਪਹਿਲਵਾਨ ਬਾਬਾ ਫਲਾਈ ਰਾਣਾ ਜੀ ਮੁਕੇਸ਼ ਪੁਰਾਣਾ ਦਾ ਰਿੰਗ ਪਰਫੋਰਮ ਕਰ ਜਿਸਨੇ ਲਾਸਟ ਪੁਆਇੰਟ ਲਿਆ ਹੈ ਉਸਕੋ ਵਿਨਰ ਕੀਆ ਜਾਏਗਾ।
ਨਾਲ ਧਿਆਨ ਦਿਓ ਜਿੱਦਾਂ ਕਹਿੰਦੇ ਵੀ ਰਾਣਾ ਜੀ ਕਹਿੰਦੇ ਵੀ ਉਦਾਂ ਪਹਿਲਵਾਨਾਂ ਨੂੰ ਜਿਹੜੀਆਂ ਗੱਲਾਂ ਹਦਾਇਤਾਂ ਮੰਨਣੀਆਂ ਪੈਣਗੀਆਂ। ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ। ਕਹਿੰਦਾ ਤੜਕਾ ਮਿਰਚ ਮਸਾਲੇ ਦਾ ਲੱਗੇ ਜੇ ਨਾ ਫਿਰ ਸਵਾਦ ਅੱਤਾਂ ਤੋਂ ਪਕਵਾਨ ਬਣਦਾ ਹੈ। ਲੋੜੇ ਵੱਧ ਕੇ ਜਦੋਂ ਜਜਬਾਤ ਜਾਗੇ ਫਿਰ ਬੰਦੇ ਲਈ ਸਦਾ ਨੁਕਸਾਨ ਬਣਦਾ ਹੈ। ਉਹ ਜਿਹੜਾ ਗੁਰੂ ਦੀ ਹਰ ਇੱਕ ਗੱਲ ਮੰਨੇ ਬੰਦਾ ਕਹਿੰਦੇ ਉਹ ਬਲਵਾਨ ਬਣਦਾ ਹੈ। ਉਹਨੂੰ ਮਿਹਨਤ ਮਿੱਟੀ ਨਾ ਚਾਹੀਦੀ ਰਵੀ ਪਹਿਲਵਾਨ।